ਅੱਖਾਂ 'ਚੋਂ ਵੀ ਬਿਲਕੁਲ ਹੀ ਦਿਖਣਾ ਬੰਦ ਹੋ ਗਿਆ, ਰੋਸ਼ਨੀ ਆਉਣੀ ਬਿਲਕੁਲ ਬੰਦ ਹੋ ਗਈ। ਮੈਂ ਕਿਤੇ ਵੀ ਜਾਣਾ, ਮੈਂ ਸਹਾਰੇ ਨਾਲ ਕੰਧ ਨੂੰ ਛੋਹ ਕੇ ਜਾਣਾ। ਉਹਨਾਂ ਦੇ ਪਹਿਲੇ ਸ਼ਬਦ ਇਹੀ ਸੀ ਵੀ ਐਡੇ ਛੋਟੇ ਬੱਚੇ 'ਚ ਐਡੀ ਗੁੰਝਲਦਾਰ ਸਥਿਤੀ ਅੱਖਾਂ ਦੀ ਮੈਂ ਕਦੇ ਨਹੀਂ ਵੇਖੀ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਦੋਸਤੋ। ਅੱਜ ਅਸੀਂ ਫੇਰ ਹਾਜ਼ਰ ਹਾਂ ਤੁਹਾਡੇ ਰੂਬਰੂ ਰਹਿਮਤ ਏ ਮੁਰਸ਼ਿਦ ਦੇ ਇਸ ਐਪੀਸੋਡ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਵੀ ਰਹਿਮਤ ਏ ਮੁਰਸ਼ਿਦ ਉਹ ਐਪੀਸੋਡ ਜਿਸ ਦੇ ਵਿੱਚ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਦੁਨੀਆ ਦੇ ਕੁਝ ਚੰਦ ਇਹੋ ਜਿਹੇ ਲੋਕਾਂ ਦੇ ਇਹੋ ਜਿਹੇ ਅਹਿਸਾਸ, ਇਹੋ ਜਿਹੇ ਅਨੁਭਵ ਜੋ ਆਪਣੇ ਆਪ 'ਚ ਬਿਲਕੁਲ ਅਦਭੁਤ ਨੇ। ਤਾਂ ਇਸੇ ਕੜੀ ਨੂੰ ਅੱਗੇ ਜੋੜਦੇ ਹੋਏ ਮਿਲਦੇ ਹਾਂ ਅੱਜ ਦੇ ਮਹਿਮਾਨ ਜਸਪ੍ਰੀਤ ਸਿੰਘ ਜੀ ਨੂੰ। ਜਸਪ੍ਰੀਤ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਮੁਕਤਸਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ, ਮੁਕਤਸਰ ਸਿਟੀ 'ਚ ਰਹਿੰਦਾ ਜੀ। ਓਕੇ, ਅਤੇ ਤੁਸੀਂ ਮਤਲਬ ਕੀ ਕੰਮ ਕਾਰ ਕਰਦੇ ਹੋ ਜੀ? ਮੈਂ ਰਿਸਰਚਰ ਹਾਂ ਜੀ, ਬੇਸਿਕਲੀ ਹੁਣ ਮੈਂ ਨਿਊਜ਼ੀਲੈਂਡ ਰਹਿੰਦਾ ਜੀ। ਓਕੇ, 10-12 ਸਾਲ ਹੋ ਗਏ ਉੱਥੇ ਰਿਸਰਚ ਕਰਦੇ ਨੂੰ। ਅਤੇ ਨਿਊਜ਼ੀਲੈਂਡ 'ਚ ਤੁਸੀਂ ਪਰਮਾਨੈਂਟ ਰੈਜ਼ੀਡੈਂਟ? ਹਾਂਜੀ। ਠੀਕ ਹੈ ਜੀ, ਅਤੇ ਜਸਪ੍ਰੀਤ ਜੀ ਮੈਂ ਪੁੱਛਣਾ ਚਾਹੁੰਦਾ ਵੀ ਇਸ ਡੇਰਾ ਸੱਚਾ ਸੌਦਾ, ਇਸ ਸੰਸਥਾ ਨਾਲ ਜੁੜੇ ਹੋਏ, ਇਸ ਆਸ਼ਰਮ ਨਾਲ ਜੁੜੇ ਹੋਏ, ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ? ਤਕਰੀਬਨ 94 'ਚ ਮੈਂ ਨਾਮ ਸ਼ਬਦ ਲਿਆ ਸੀਗਾ ਜੀ, ਤਾਂ ਉਦੋਂ ਦਾ ਵੀ ਰੈਗੂਲਰ ਇੱਥੇ। ਅਤੇ 94 'ਤੇ ਤਕਰੀਬਨ ਹੁਣ ਗੱਲ ਕਰੀਏ, ਜੇ ਹੁਣ 2020 ਚੱਲ ਰਿਹਾ ਤਾਂ ਤਕਰੀਬਨ ਸਾਲ 17 ਸਾਲ ਇਸ ਚੀਜ਼ ਨੂੰ ਹੋ ਚੁੱਕੇ ਆ। ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਦੱਸ ਰਹੇ ਹੋ ਵੀ ਤੁਹਾਡੇ ਨਾਲ ਇੱਦਾਂ ਦੇ ਬਹੁਤ ਸਾਰੇ ਕਰਿਸ਼ਮੇ ਹੋਏ ਜੋ ਕਿ ਆਪਣੇ ਆਪ 'ਚ ਇੱਕ ਬਹੁਤ ਅਦਭੁਤ ਨੇ, ਤਾਂ ਤੁਸੀਂ ਕੀ ਇਹਨਾਂ ਕਰਿਸ਼ਮਿਆਂ ਦੇ ਵਿੱਚ ਕਿਸੇ ਚੀਜ਼ ਦਾ ਜ਼ਿਕਰ ਕਰਨਾ ਚਾਹੋਗੇ ਸਾਡੇ ਨਾਲ? ਹਾਂਜੀ, ਇੱਕ ਕਰਿਸ਼ਮਾ ਜਿਹੜਾ ਹੋਇਆ ਜੀ, ਹਜੇ ਵੀ ਜਿਹੜੇ ਡਾਕਟਰਸ ਨੂੰ ਕੰਸਲਟ ਕੀਤਾ ਜੀ, ਜਿਨ੍ਹਾਂ ਨੂੰ ਪੁੱਛੇ ਦੱਸਿਆ, ਉਹਨਾਂ ਨੂੰ ਨਹੀਂ ਵਿਸ਼ਵਾਸ ਆਉਣਾ। ਮੈਂ ਸਕੂਲ 'ਚ ਪੜ੍ਹਦਾ ਸੀਗਾ ਜੀ, 5ਵੀਂ 6ਵੀਂ ਕਲਾਸ ਦੇ ਵਿੱਚ, ਤਾਂ ਇੱਕ ਸ਼ਾਮ ਨੂੰ ਅੱਖਾਂ ਦੇ ਵਿੱਚ ਖਾਰਿਸ਼ ਹੋਈ, ਤਾਂ ਵੀ ਘਰਦਿਆਂ ਨੂੰ ਲੱਗਿਆ ਵੀ ਚਲੋ ਕਿਸੇ ਆਈ ਸਪੈਸ਼ਲਿਸਟ ਨੂੰ, ਡਾਕਟਰ ਨੂੰ ਵਿਖਾਉਣਾ ਚਾਹੀਦਾ। ਤਾਂ ਮੈਨੂੰ ਲੈ ਕੇ ਗਏ, ਤਾਂ ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਵੀ ਉਹਨੂੰ ਦੱਸਿਆ ਵੀ ਇਹ ਫਲੂ ਹੋਣਾ ਜਾਂ ਅੱਖਾਂ 'ਚ ਕੋਈ ਜਿੱਦਾਂ ਲਾਲੀ ਆ ਜਾਂਦੀ ਹੈ। ਬਿਲਕੁਲ ਬਿਲਕੁਲ ਨੋਰਮਲ ਜੀ। ਹਾਂਜੀ, ਤਾਂ ਉਹਨਾਂ ਨੇ ਦਵਾਈ ਦਿੱਤੀ, ਤਾਂ ਅਸੀਂ 2-3 ਦਿਨ ਦਵਾਈ ਪਾਈ, ਤਾਂ ਵੀ ਅੱਖਾਂ 'ਚੋਂ ਵੀ ਬਿਲਕੁਲ ਹੀ ਦਿਖਣਾ ਬੰਦ ਹੋ ਗਿਆ, ਰੋਸ਼ਨੀ ਆਉਣੀ ਬਿਲਕੁਲ ਬੰਦ ਹੋ ਗਈ। ਪਰ ਜਦੋਂ 15-20 ਦਿਨ ਦਾ ਕੋਰਸ ਸੀਗਾ, ਤਾਂ ਮੈਨੂੰ ਘਰਦੇ, ਕਿਉਂਕਿ ਜੋਬ ਕਰਦੇ ਸੀ, ਨੌਕਰੀ ਕਰਦੇ ਸੀਗੇ, ਅਤੇ ਗੁਆਂਢੀਆਂ ਕੋਲ ਉਹਨਾਂ ਨੇ ਛੱਡ ਜਾਣਾ, ਅਤੇ ਸਕੂਲਿੰਗ ਮੇਰੀ ਰੁਕ ਗਈ ਸੀਗੀ ਕਿਉਂਕਿ ਮੈਂ ਦੇਖ ਨਹੀਂ ਸਕਦਾ ਸੀ, ਤਾਂ ਉਹਨਾਂ ਨੇ ਦਵਾਈ ਪਾਈ ਜਾਣੀ। ਮਤਲਬ ਉਸ ਖਾਰਿਸ਼ ਕਰਕੇ ਤੁਹਾਡੀ ਤੁਹਾਨੂੰ ਦਿਸਣਾ ਹੀ ਬੰਦ ਹੋ ਗਿਆ ਸੀ? ਹਾਂਜੀ, ਇਹ ਹੋ ਸਕਦਾ ਵੀ ਦਵਾਈ ਦਾ ਰਿਐਕਸ਼ਨ ਹੋ ਗਿਆ ਹੋਵੇ। ਤਾਂ ਜਿੱਦਾਂ ਫਿਰ ਅਸੀਂ 15-20 ਦਿਨ ਦਵਾਈ ਪਾਈ, ਅੱਖਾਂ ਤੋਂ ਬਿਲਕੁਲ ਨਹੀਂ ਦਿਖਦਾ ਸੀ, ਮੈਂ ਕਿਤੇ ਵੀ ਜਾਣਾ, ਮੈਂ ਸਹਾਰੇ ਨਾਲ ਕੰਧ ਨੂੰ ਛੋਹ ਕੇ ਜਾਣਾ, ਜਾਂ ਕਿਸੇ ਨੇ ਮੈਨੂੰ ਵਾਸ਼ਰੂਮ ਛੱਡ ਕੇ ਆਉਣਾ, ਵਾਪਸ ਆਉਣਾ, ਖਾਣਾ ਵੀ ਉਵੇਂ ਖਾਣਾ, ਵੀ ਛੂਹ ਕੇ ਖਾਣਾ, ਕੁਛ ਵੀ ਵਿਖਣਾ ਨਹੀਂ ਨਾ। ਤਾਂ ਫਿਰ ਵੀ ਇੱਦਾਂ ਹੀ ਘਰਦਿਆਂ ਨੂੰ ਬਹੁਤ ਫਿਕਰ ਸੀ, ਕਿਉਂਕਿ ਮੈਂ ਤਾਂ ਜਿੱਦਾਂ ਵੀ 5ਵੀਂ 6ਵੀਂ ਕਲਾਸ 'ਚ ਵੀ ਇਸ ਚੀਜ਼ ਨੂੰ ਇੰਨਾ ਗੰਭੀਰ ਨਹੀਂ ਲਿਆ ਨਾ। ਬਿਲਕੁਲ, ਇੱਕ ਬੱਚਾ ਕਿਸ ਤੱਕ ਸੋਚ ਸਕਦਾ? ਹਾਂਜੀ, ਤਾਂ ਹੁਣ ਜਾ ਕੇ ਲੱਗਦਾ ਵੀ ਜੇ ਉਹ ਹਜੇ ਵੀ ਉਹ ਹੁੰਦਾ ਵੀ ਨਾ ਦਿਖਦਾ ਹੁੰਦਾ, ਤਾਂ ਵੀ ਤੁਹਾਡਾ ਜਹਾਨ ਹੀ ਅਧੂਰਾ ਰਹਿ ਜਾਂਦਾ ਨਾ। ਤੁਸੀਂ ਕੁਛ ਦੇਖ, ਹਾਂਜੀ, ਤੁਸੀਂ ਦੇਖ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ। ਤਾਂ ਫਿਰ ਕੀ ਹੋਇਆ, 15-20 ਦਿਨ ਬਾਅਦ ਅਸੀਂ ਫਾਜ਼ਿਲਕਾ ਇੱਕ ਆਈ ਸਰਜਨ ਸੀਗੇ, ਉਹਨਾਂ ਕੋਲ ਗਏ, ਉਹਨਾਂ ਨੂੰ ਦਿਖਾਇਆ, ਤਾਂ ਵੀ ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਦੇ ਪਹਿਲੇ ਸ਼ਬਦ ਇਹੀ ਸੀ ਵੀ ਐਡੇ ਛੋਟੇ ਬੱਚੇ 'ਚ ਐਡੀ ਗੁੰਝਲਦਾਰ ਸਥਿਤੀ ਅੱਖਾਂ ਦੀ ਮੈਂ ਕਦੇ ਨਹੀਂ ਵੇਖੀ। ਉਹਨਾਂ ਨੇ ਮਤਲਬ ਡਾਕਟਰ ਸਾਹਿਬ ਨੇ ਤੁਹਾਨੂੰ ਕੀ ਦੱਸਿਆ ਵੀ ਕੀ ਚੀਜ਼ ਹੈ, ਕੀ ਬਿਮਾਰੀ ਕੀ ਹੈ, ਮਤਲਬ ਕੁਛ ਉਹਨਾਂ ਨੇ ਦੱਸਿਆ, ਤੁਹਾਨੂੰ ਐਕਸਪਲੇਨ ਕੀਤਾ ਇਸ ਚੀਜ਼ ਬਾਰੇ? ਜਿੰਨੇ ਕੁ ਮੈਨੂੰ ਉਦੋਂ ਸਮਝ ਆਈ ਜੀ, ਉਹਨਾਂ ਦੀ ਉਹ ਕਹਿੰਦੇ ਵੀ ਅੱਖਾਂ ਦੀਆਂ ਪੁਤਲੀਆਂ ਸੁੱਜ ਗਈਆਂ ਅਤੇ ਅੱਖਾਂ ਦੇ ਵਿੱਚ ਰੋਸ਼ਨੀ ਬਿਲਕੁਲ ਨਹੀਂ ਜਾ ਰਹੀ। ਉਹ ਕਹਿੰਦੇ ਅਸੀਂ ਵੀ ਇੱਕ ਟਰਾਈ ਕਰ ਲੈਂਦੇ ਹਾਂ, ਕੋਸ਼ਿਸ਼ ਕਰ ਲੈਂਦੇ ਹਾਂ, ਪਰ ਵੀ ਅਸੀਂ ਕੁਛ ਕਹਿ ਨਹੀਂ ਸਕਦੇ ਵੀ ਠੀਕ ਹੋਣਗੀਆਂ ਕਿ ਨਹੀਂ ਹੋਣਗੀਆਂ। ਮਤਲਬ ਉਹਨਾਂ ਵੱਲੋਂ ਕੁਛ ਕਨਫਰਮੇਸ਼ਨ ਨਹੀਂ ਸੀ? ਉਹਨਾਂ ਵੱਲੋਂ ਕੋਈ ਇੱਦਾਂ ਕਨਫਰਮੇਸ਼ਨ ਨਹੀਂ ਸੀ। ਉਹ ਕਹਿੰਦੇ ਵੀ ਜਦੋਂ ਉਹਨਾਂ ਨੇ ਪਹਿਲਾਂ ਕੋਈ ਇਹੋ ਜਿਹਾ ਵਿਗੜਿਆ ਹੋਇਆ ਕੇਸ ਵੇਖਿਆ, ਉਹ ਕਹਿੰਦੇ ਅਸੀਂ ਵੀ ਟਰਾਈ ਕਰ ਲੈਂਦੇ ਹਾਂ, ਵੀ ਦਵਾਈ ਦੇ ਦਿੰਦੇ ਹਾਂ ਤੁਹਾਨੂੰ, ਤੁਸੀਂ ਪਾ ਕੇ ਦੇਖ ਲਓ, ਵੀ ਸ਼ਾਇਦ ਫਰਕ ਆ ਜਾਵੇ,
ਨਹੀਂ ਤਾਂ ਸਾਨੂੰ ਸੀ ਵੀ ਫਿਰ ਅੱਗੇ ਕਿਸੇ ਸੁਪਰ ਸਪੈਸ਼ਲਿਸਟ ਡਾਕਟਰ ਨੂੰ ਜਾ ਕੇ ਮਿਲੋ। ਅਤੇ ਜਦੋਂ ਡਾਕਟਰ ਸਾਹਿਬ ਨੇ ਤੁਹਾਨੂੰ ਇਹ ਗੱਲ ਕਹੀ ਵੀ ਮੈਂ ਮਤਲਬ ਆਪਦੀ ਟਰਾਈ ਕਰ ਸਕਦਾ ਹੈ, ਤਾਂ ਉਸ ਟਾਈਮ ਮਤਲਬ ਕੋਈ ਇੱਦਾਂ ਦਾ ਮਦਰ ਫਾਦਰ ਦੇ ਵਿੱਚ ਖਿਆਲ ਨਹੀਂ ਆਇਆ ਵੀ ਉਹ ਕੋਈ ਹਾਇਰ ਸੈਂਟਰਸ ਦੇ ਵਿੱਚ ਜਾਣ ਜਿਵੇਂ ਦਿੱਲੀ, ਲੁਧਿਆਣਾ, ਕੁਛ ਅੰਮ੍ਰਿਤਸਰ, ਕੁਛ ਇਸ ਤਰ੍ਹਾਂ ਦਾ? ਹਾਂਜੀ, ਫਿਰ ਉਹ ਨੈਕਸਟ ਸਟੈਪ ਸੀਗਾ ਵੀ ਜਿੱਦਾਂ ਵੀ ਜਦੋਂ ਤੁਹਾਡੇ ਇਕੱਲੇ ਬੱਚੇ ਨੂੰ ਦੇਖਣੋਂ ਹਟ ਜੇ, ਫਿਰ ਮਾਂ ਪਿਓ ਹੈ ਜਿਹੜੇ ਡੈਸਪਰੇਟ ਹੋ ਜਾਂਦੇ ਹਨ, ਉਹਨਾਂ ਵਾਸਤੇ ਇੱਕ ਘਬਰਾਹਟ ਸਥਿਤੀ ਆ ਜਾਂਦੀ ਹੈ, ਬਹੁਤ ਮਤਲਬ ਟਿਪੀਕਲ ਸਿਚੁਏਸ਼ਨ ਹੋ ਜਾਂਦੀ ਹੈ। ਹਾਂਜੀ, ਪਰ ਜਿੱਦਾਂ ਮੰਮਾ ਪਾਪਾ ਨੇ ਵੀ ਨਾਮ ਸ਼ਬਦ ਲਿਆ ਹੋਇਆ ਸੀ, ਮੰਮਾ 1975 ਦੇ ਆਪਣੇ ਨਾਮ ਸ਼ਬਦ ਲਿਆ ਹੋਇਆ ਸੀ, ਡੇਰੇ ਨਾਲ ਜੁੜੇ ਹੋਏ, ਤਾਂ ਉਹ ਜਿੱਦਾਂ ਉਹਨਾਂ ਨੇ ਦਵਾਈ ਦਿੱਤੀ ਉੱਥੇ ਹੋਸਪਿਟਲ 'ਚ ਬੈਠ ਕੇ ਦਵਾਈ ਪਾਉਣ ਲੱਗੇ, ਹਾਂਜੀ, ਤਾਂ ਮੰਮਾ ਨੇ ਉਹਨਾਂ ਤੋਂ ਦਵਾਈ ਲਈ, ਕਹਿੰਦੇ ਵੀ ਇੱਕ ਵਾਰੀ ਵੀ ਮੈਨੂੰ ਇਹ ਪਾ ਲੈਣ ਦਿਓ ਨਾ ਦਵਾਈ, ਤਾਂ ਉਹਨਾਂ ਨੇ ਨਾਰਾ ਲਾ ਕੇ ਦਵਾਈ ਪਾਈ ਜੀ, ਅਤੇ ਜਿਹੜੀਆਂ ਅੱਖਾਂ 15-20 ਦਿਨ ਮੈਨੂੰ ਬਿਲਕੁਲ ਹੀ ਨਹੀਂ ਦਿਖ ਰਿਹਾ ਸੀ, 5 ਮਿੰਟਾਂ 'ਚ ਨਾਰਾ ਲਾਉਣ ਨਾਲ ਰੌਸ਼ਨੀ ਫੁੱਲ ਹੋ ਗਈ, ਅਤੇ ਮੇਰੇ ਪਹਿਲਾਂ ਵੀ ਨਹੀਂ ਸਪੈਕਸ ਲੱਗੀਆਂ ਸੀ ਅਤੇ ਹੁਣ ਵੀ ਨਹੀਂ ਲੱਗੀਆਂ ਜੀ। ਜੀ, ਤੁਹਾਡੀ ਤੁਹਾਡਾ ਕਹਿਣ ਦਾ ਭਾਵ ਤੁਹਾਡੀ ਅੱਖਾਂ 'ਚ ਰੌਸ਼ਨੀ ਜਮ੍ਹਾਂ 100% ਵਾਪਸ ਆ ਗਈਆਂ? ਹਾਂਜੀ। ਅਤੇ ਇਹ ਦੇਖ ਕੇ ਮਤਲਬ ਉੱਦਾਂ ਦੇ ਮਾਂ ਪਿਓ ਦਾ ਤੁਹਾਡਾ ਕੀ ਰਿਐਕਸ਼ਨ ਰਿਹਾ, ਮਤਲਬ ਕਿਸ ਤਰ੍ਹਾਂ ਦੇ ਪੇਰੈਂਟਸ ਦਾ ਤੁਹਾਡਾ ਰਿਐਕਸ਼ਨ ਰਿਹਾ ਇਸ ਚੀਜ਼ ਨੂੰ ਲੈ ਕੇ? ਉਹਨਾਂ ਵਾਸਤੇ ਤਾਂ ਵੀ ਉਹਨਾਂ ਦੀ ਦੁਨੀਆਂ ਬਦਲ ਗਈ ਜੀ, ਵੀ ਉਦੋਂ ਬਾਅਦ ਪਿਤਾ ਜੀ ਨਾਲ ਵੀ ਗੱਲ ਹੋਈ, ਹਾਂਜੀ, ਰੂਬਰੂ ਦੇ ਵਿੱਚ, ਤਾਂ ਪਿਤਾ ਜੀ ਨੇ ਵੀ ਬਚਨ ਫਰਮਾਏ ਵੀ ਨਾਰੇ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ, ਅਤੇ ਉਹਨੂੰ ਅਸੀਂ ਪ੍ਰਤੱਖ ਰੂਪ ਦੇ ਵਿੱਚ ਦੇਖਿਆ, ਮਾਣਿਆ ਉਹਨੂੰ। ਅਤੇ ਇਸ ਘਟਨਾ ਤੋਂ ਬਾਅਦ ਤੁਸੀਂ ਮਤਲਬ ਉਸ ਡਾਕਟਰ ਨੂੰ, ਮਤਲਬ ਉਸ ਡਾਕਟਰ ਨੂੰ ਰਾਏ ਲਿੱਤੀ, ਜਾਂ ਉਸ ਡਾਕਟਰ ਨੇ ਕੀ ਕਿਹਾ, ਉਸ ਡਾਕਟਰ ਦੇ ਕੀ ਐਕਸਪ੍ਰੈਸ਼ਨ ਸੀ ਇਸ ਚੀਜ਼ ਨੂੰ ਲੈ ਕੇ? ਅਸੀਂ ਦੁਬਾਰਾ ਵੀ ਜਿੱਦਾਂ ਡਾਇਗਨੋਸ ਵਗੈਰਾ ਕਰਾਉਣ ਗਏ, ਤਾਂ ਉਹਨਾਂ ਨੇ ਕੁਛ ਪ੍ਰੀਕੋਸ਼ਨ ਵਗੈਰਾ ਦੱਸਿਆ ਵੀ ਜ਼ਿਆਦਾ ਨਾ ਪੜੋ ਉਹ ਥੋੜ੍ਹੇ ਦਿਨਾਂ ਵਾਸਤੇ, ਪਰ ਉਹ ਵੀ ਦੰਗ ਸੀ ਵੀ ਇੰਨੀ ਛੇਤੀ ਮੋੜ ਪੈਣਾ ਕਿਸੇ ਚੀਜ਼ ਨੂੰ, ਵੀ ਪਹਿਲਾਂ ਇੰਨਾ ਜ਼ਿਆਦਾ ਗੁੰਝਲਦਾਰ ਹੋਣਾ ਸਥਿਤੀ ਦਾ, ਅਤੇ ਇੰਨੀ ਛੇਤੀ ਮੋੜ ਪੈ ਜਾਣਾ, ਉਹਨਾਂ ਵਾਸਤੇ ਵੀ ਇਹ ਪਹੇਲੀ ਹੈ ਜੀ। ਜੀ ਬਿਲਕੁਲ, ਆਪਣੇ ਆਪ 'ਚ ਵਾਕਈ ਇੱਕ ਪਹੇਲੀ, ਕਿਉਂਕਿ ਕਿਹਾ ਕਿ 1 ਸੈਕਿੰਡ ਦੇ ਵਿੱਚ ਤਾਂ ਕਿਸੇ ਦੀ ਵੀ ਅੱਖਾਂ ਨਹੀਂ ਵਾਪਸ ਆ ਸਕਦੀਆਂ, ਇਹ ਤਾਂ ਵਾਕਈ ਆਪਣੇ ਆਪ 'ਚ ਬਹੁਤ ਅਸਮੰਜਸ ਸਥਿਤੀ ਹੈ। ਅਤੇ ਮੈਂ ਤੁਸੀਂ ਇਸ ਮਤਲਬ ਆਪਣੇ ਇਸ ਕਰਿਸ਼ਮੇ ਦੇ ਵਿੱਚ, ਆਪਣੀ ਇਸ ਗੱਲ ਦੇ ਵਿੱਚ ਤੁਸੀਂ ਵਾਰ ਵਾਰ ਜ਼ਿਕਰ ਕਰ ਰਹੇ ਹੋ ਵੀ ਤੁਸੀਂ ਨਾਰਾ ਲਾਇਆ ਸੀ, ਮੈਂ ਪੁੱਛਣਾ ਚਾਹੁੰਦਾ ਵੀ ਉਹ ਕੀ ਨਾਰਾ ਸੀ ਇੱਦਾਂ ਦਾ, ਵੀ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਵੀ ਕੀ ਨਾਰਾ ਸੀ ਉਹ? ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ ਦਾ ਨਾਰਾ ਸੀਗਾ ਜੀ, ਜਿਹੜਾ ਕਿ ਸਾਰੀ ਸੰਗਤ ਲਾਉਂਦੀ ਹੈ, ਅਤੇ ਉਹ ਲਾਇਆ, ਫਿਰ ਜਿੱਦਾਂ ਸਿਮਰਨ ਕੀਤਾ ਤਾਂ ਵੀ ਨਾਰੇ 'ਚ ਵੀ, ਨਾਰੇ ਦੀ ਵੀ ਆਪਾਂ ਸੁਣਦੇ ਰਹਿੰਦੇ ਹਾਂ ਸਤਸੰਗ 'ਚ ਵੀ ਤਾਕਤ ਹੈ, ਲੰਗਰ 'ਚ ਤਾਕਤ ਹੈ, ਨਾਰੇ 'ਚ ਤਾਕਤ ਹੈ, ਪਰ ਅਸੀਂ ਪ੍ਰਤੱਖ ਵੇਖ ਲਿਆ ਉਹ। ਜੀ ਬਹੁਤ ਹੀ ਵੱਡੀ ਗੱਲ ਅਤੇ ਬਹੁਤ ਹੀ ਅਦਭੁਤ ਗੱਲ, ਜੋ ਕਿ ਆਪਣੇ ਆਪ 'ਚ ਬਹੁਤ ਬੇਮਿਸਾਲ ਹੈ। ਜਸਪ੍ਰੀਤ ਜੀ, ਮੈਂ ਇਸੇ ਕੜੀ ਨੂੰ ਅੱਗੇ ਵਧਾਉਂਦਾ ਹੋਏ ਤੁਹਾਡੇ ਨੂੰ ਮਤਲਬ ਮੇਰੀ ਉਤਸੁਕਤਾ ਹੈ ਇਸ ਗੱਲ ਨੂੰ ਜਾਣਨ ਵਾਸਤੇ ਵੀ ਇਸ ਤੋਂ ਇਲਾਵਾ ਵੀ ਕੁਛ ਜ਼ਿੰਦਗੀ ਦੇ ਵਿੱਚ ਹੋਰ ਘਟਨਾਵਾਂ ਤੁਸੀਂ ਦੱਸ ਰਹੇ ਸੀ ਵੀ ਬਹੁਤ ਇੱਦਾਂ ਦੇ ਚਮਤਕਾਰ ਕਰਿਸ਼ਮੇ ਹੋਏ ਤੁਹਾਡੀ ਜ਼ਿੰਦਗੀ ਦੇ ਵਿੱਚ, ਵੀ ਇਸ ਤੋਂ ਇਲਾਵਾ ਵੀ ਕੋਈ ਇੱਦਾਂ ਦਾ ਕੋਈ ਚਮਤਕਾਰ ਜਾਂ ਕਰਿਸ਼ਮਾ ਤੁਹਾਡੇ ਨਾਲ ਫੇਰ ਹੋਇਆ? ਹਾਂਜੀ ਬਾਈ ਜੀ, ਬਹੁਤ ਸਾਰੇ ਆ ਜੀ, ਉਹ ਕਹਿੰਦੇ ਹੁੰਦੇ ਅੰਗਰੇਜ਼ੀ 'ਚ ਲਿਸਟ ਗੋਜ਼ ਔਨ, ਵੀ ਹਰ ਰੋਜ਼ ਹੀ ਵੀ ਆਪਾਂ ਗਣਾਉਂਦੇ ਰਹੀਏ ਤਾਂ ਆਪਾਂ ਨੂੰ ਪੂਰਾ ਦਿਨ ਲੱਗ ਜਾਣਾ ਜੀ ਇੱਥੇ। ਬਿਲਕੁਲ, ਪਰ ਜਿੱਦਾਂ ਇੱਕ ਮੈਨੂੰ ਹੁਣ ਯਾਦ ਆ ਰਿਹਾ ਵੀ ਅਸੀਂ ਨਿਊਜ਼ੀਲੈਂਡ 'ਚ 2015 ਦੀ ਗੱਲ ਹੋਣੀ ਹੈ ਜੀ, 14-15 ਦੀ, ਮੈਂ ਅਤੇ ਮੇਰੇ ਵਾਈਫ ਕਿਤੇ ਜਾ ਰਹੇ ਸੀਗੇ ਜੀ, ਤਾਂ ਡਰਾਈਵ ਕਰਕੇ, ਤਾਂ ਉਹ ਡਰਾਈਵ ਕਰ ਰਹੇ ਸੀ, ਤਾਂ ਮੈਨੂੰ ਵੀ ਡਰਾਈਵ ਕਰਦੇ ਕਰਦੇ ਖਿਆਲ ਆਇਆ, ਮੈਂ ਕਿਹਾ ਵੀ ਚਲੋ ਆਪਾਂ ਸਾਈਡ ਚੇਂਜ ਕਰ ਲੈਂਦੇ ਹਾਂ ਵੀ ਹੁਣ ਮੈਂ ਡਰਾਈਵ ਕਰਦਾ, ਤਾਂ ਅਜੇ ਥੋੜ੍ਹੀ ਦੂਰੀ ਗਏ ਸੀਗੇ, ਉਹ ਕਹਿੰਦੇ ਕੋਈ ਗੱਲ ਨਹੀਂ ਵੀ ਮੈਂ ਡਰਾਈਵ ਕਰ ਰਹੀ ਹਾਂ, ਵੀ ਠੀਕ ਹੈ ਚੱਲ ਰਿਹਾ। ਤਾਂ ਉੱਥੇ ਇੱਕ ਜਿੱਦਾਂ ਪੰਜਾਬੀ 'ਚ ਕਹਿੰਦੇ ਕੂਣੀ ਮੋੜ ਸੀਗਾ ਜੀ, ਤਾਂ ਉੱਥੇ ਸਾਡੀ ਸਪੀਡ ਵੀ ਠੀਕ ਸੀਗੀ, ਪਰ ਉਹ ਮਤਲਬ 90 ਡਿਗਰੀ ਦਾ 90 ਡਿਗਰੀ ਦਾ ਟਰਨ ਸੀਗਾ ਜੀ। ਤਾਂ ਉੱਥੇ ਕੀ ਹੋਇਆ, ਜਿੱਦਾਂ ਕਾਰ ਮੁੜੀ, ਸਕਿੱਡ ਹੋ ਕੇ ਕਾਰ, ਇੱਕ ਛੋਟਾ ਜਿਹਾ ਬੈਰੀਅਰ ਸੀ, ਬੈਰੀਅਰ ਦੇ ਉੱਪਰ ਦੀ ਕਾਰ ਕਾਫੀ ਤੇਜ਼ ਸਪੀਡ 'ਚ ਮੁੜੀ, ਨਹੀਂ ਜੀ ਠੀਕ ਸਪੀਡ ਸੀਗੀ ਉਹਦੀ, ਪਰ ਉਹ ਸਰਫੇਸ ਹੈ ਜਿਹੜੀ ਉਹ ਥੋੜ੍ਹੀ ਸਲਿਪਰੀ ਸੀਗੀ, ਠੀਕ ਹੈ। ਤਾਂ ਉਹਦੇ ਕਾਰਨ ਉਹ ਛੋਟੇ ਜਿਹੇ ਡਿਵਾਈਡਰ ਦੇ ਉੱਤੋਂ ਦੀ ਹੁੰਦੀ ਹੋਈ ਕਾਰ ਸਾਡੀ ਦੂਜੇ ਪਾਸੇ ਜਾ ਵੱਜੀ। ਅੱਛਾ, ਜਸਪ੍ਰੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਗੱਡੀ ਜਦੋਂ ਤੁਸੀਂ ਟਰਨ ਲਿੱਤੀ, ਟਰਨ ਲੈਣ ਤੋਂ ਬਾਅਦ ਸਕਿੱਡ ਕੀਤੀ, ਕਿ ਗੱਡੀ ਨੇ ਕੋਈ ਪਲਟੇ ਵਗੈਰਾ ਵੀ ਖਾਧੇ ਸੀ ਜਾਂ ਮਤਲਬ ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀ ਉਸ ਟਾਈਮ? ਪਲਟੇ ਨਹੀਂ ਖਾਧੇ ਜੀ, ਗੱਡੀ ਥੋੜ੍ਹੀ ਤਿਲਕੀ, ਸਕਿੱਡ ਕੀਤੀ, ਛੋਟੇ ਜਿਹੇ ਆਪਣੇ ਜਿਹੜੇ ਡਿਵਾਈਡਰ ਆ ਉਹਦੇ ਉੱਤੋਂ ਦੀ ਹੁੰਦੀ ਹੋਈ ਦੂਜੇ ਪਾਸੇ ਫੈਂਸ ਦੇ ਨਾਲ ਇਉਂ ਜਾ ਲੱਗੀ ਜਿਵੇਂ ਕਿਸੇ ਨੇ ਗੱਡੀ ਉੱਥੇ ਪਾਰਕਿੰਗ ਲਾਈ ਹੁੰਦੀ ਹੈ, ਬਿਲਕੁਲ ਸਿੱਧੀ। ਅੱਛਾ, ਅਤੇ ਸਾਨੂੰ ਸੀਗਾ ਵੀ ਜਿੰਨਾ ਉੱਥੇ ਉਹ ਸਕਿੱਡ ਕਰਕੇ ਤਿਲਕ ਕੇ ਗੱਡੀ ਗਈ ਹੈ ਵੀ ਗੱਡੀ ਦਾ ਬਹੁਤ ਨੁਕਸਾਨ ਹੋਇਆ ਹੋਣਾ, ਅਸੀਂ ਇੱਕਦਮ ਘਬਰਾ ਗਏ। ਗੱਡੀ ਕਿਸੇ ਆਲੇ ਦੁਆਲੇ ਕਿਤੇ ਵੱਜੀ ਵੀ ਸੀ ਜਾਂ ਮਤਲਬ ਫੈਂਸ ਦੇ ਨਾਲ ਜੀ ਜਿਹੜੀ ਉੱਥੇ ਮਤਲਬ ਸੜਦੀ ਹੋਈ, ਠੀਕ ਹੈ, ਨਾਲ ਜਾ ਕੇ ਲੱਗ ਗਈ, ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਅਤੇ ਮਾਲਕ ਦੀ ਐਡੀ ਮਿਹਰ ਹੈ ਜੀ ਵੀ ਉੱਥੇ ਇੱਕ ਖੰਭਾ ਵੀ ਸੀਗਾ,
ਅੱਛਾ ਜੇ ਉਹ ਖੰਬੇ ਦੇ ਵਿੱਚ ਜਾ ਕੇ ਟਕਰਾਉਂਦੀ ਤਾਂ ਹੋ ਸਕਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਬਿਲਕੁਲ ਤੇ ਉਹ ਤੋਂ ਕੁਛ ਫੀਟ ਦੂਰ ਹੀ ਕਾਰ ਐਂ ਜਾ ਕੇ ਖੜ ਗਈ ਜਿਵੇਂ ਪਾਰਕਿੰਗ ਲਾਈ ਹੁੰਦੀ ਹੈ ਪਰ ਜਿਵੇਂ ਇਹ ਸਾਰਾ ਕੁਛ ਸੈਕਿੰਡਸ ਦੇ ਵਿੱਚ ਹੋਇਆ ਤਾਂ ਸਾਨੂੰ ਬਹੁਤ ਘਬਰਾਹਟ ਹੋ ਗਈ ਵੀ ਚਲੋ ਅਸੀਂ ਤਾਂ ਬਚ ਗਏ ਵੀ ਸਾਡੀ ਕਾਰ ਦਾ ਤਾਂ ਬਹੁਤ ਨੁਕਸਾਨ ਹੋਇਆ ਹੁਣ ਪਰ ਕਾਰ ਨੂੰ ਵੀ ਕੋਈ ਖਰੋਚ ਨਹੀਂ ਸੀਗੀ ਅਤੇ ਉੱਥੇ ਕੁਛ ਫੀਟ ਦੂਰ ਇੱਕ ਖੰਭਾ ਸੀ ਜੇ ਕਿਤੇ ਕਾਰ ਥੋੜ੍ਹੀ ਜਿਹੀ ਤੇਜ਼ ਹੁੰਦੀ ਤਾਂ ਖੰਭੇ ਦੇ ਨਾਲ ਟਕਰਾ ਕੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕਾਰ ਦਾ ਤਾਂ ਹੋਣਾ ਹੀ ਸੀ ਅਤੇ ਜਦੋਂ ਸਾਨੂੰ ਫਿਰ ਪੁਲਿਸ ਵਾਲੇ ਘਰ ਛੱਡ ਕੇ ਗਏ ਉਦੋਂ ਬਾਅਦ ਸਾਨੂੰ ਉਹਦੀ ਰਿਪੋਰਟ ਆਈ ਅਸੀਂ ਕਾਰ ਬਾਰੇ ਪੁੱਛਿਆ ਵੀ ਸਾਨੂੰ ਆਪਦੀ ਕਾਰ ਕਦੋਂ ਮਿਲੂਗੀ ਉਹ ਤਾਂ ਕਹਿੰਦੇ ਜੀ ਕਾਰ ਦੇ ਥੱਲੇ ਇੱਕ ਰੋਡ ਘੁਸ ਗਈ ਸੀਗੀ ਜਿਹਦੇ ਨਾਲ ਕਾਰ ਦੇ ਜਿਹੜੀ ਥੱਲੇ ਫਲੋਰ ਬਿਲਕੁਲ ਡੈਮੇਜ ਹੋ ਚੁੱਕੀ ਸੀ ਅਤੇ ਅਸੀਂ ਜਿਹੜੇ ਵਿੱਚ ਬੈਠੇ ਹੋਏ ਸੀ ਜੇ ਕਿਤੇ ਥੋੜ੍ਹੀ ਬਹੁਤੀ ਹੋਰ ਤੇਜ਼ ਹੁੰਦੀ ਕਾਰ ਰੋਡ ਉਹਦੇ ਵਿੱਚ ਦੀ ਘੁਸਦੀ ਸੀਟ ਪਾੜ ਕੇ ਜਾਨੀ ਨੁਕਸਾਨ ਹੋ ਸਕਦਾ ਸੀਗਾ ਬਿਲਕੁਲ ਜੀ ਪਰ ਮਾਲਕ ਨੇ ਬਿਲਕੁਲ ਹੱਥ ਦੇ ਕੇ ਰੱਖਿਆ ਅਤੇ ਉਹ ਕਾਰ ਰਾਈਟ ਆਫ ਹੋ ਗਈ ਜੀ ਵੀ ਕਾਰ ਸਾਨੂੰ ਮਿਲੀ ਨਹੀਂ ਸਾਨੂੰ ਜਿਵੇਂ ਇੰਸ਼ੋਰੈਂਸ ਹੁੰਦੀ ਆ ਉੱਥੇ ਉਹਦੇ ਪੈਸੇ ਦਿੱਤੇ ਪਰ ਵੀ ਮਾਲਕ ਦਾ ਸ਼ੁਕਰ ਹੈ ਵੀ ਉਹਨੇ ਕਿਸੇ ਵੀ ਨੁਕਸਾਨ ਹੋਣ ਤੋਂ ਬਚਾਇਆ ਅਤੇ ਅਸੀਂ ਮਾਲਕ ਦਾ ਸ਼ੁਕਰ ਹੀ ਕੀਤਾ ਨਾ ਦੋਸਤੋ ਜਿਵੇਂ ਕਹਿੰਦੇ ਹੁੰਦੇ ਆ ਕਿ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਬਾਲ ਨਾ ਬਾਂਕੋ ਕਰ ਸਕੇ ਚਾਹੇ ਸਭ ਜਗ੍ਹਾ ਵੈਰੀ ਹੋਏ ਜਿਸ ਤਰ੍ਹਾਂ ਤੁਸੀਂ ਦੇਖਿਆ ਜਸਪ੍ਰੀਤ ਇਹਨਾਂ ਦੀ ਜ਼ੁਬਾਨੀ ਵੀ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਕਿਸ ਤਰ੍ਹਾਂ ਵਾਪਸ ਆਈ ਇੱਥੋਂ ਤੱਕ ਵੀ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਦੇ ਔਰ ਆਲਸੋ ਨੋਟ ਸ਼ੋਰ ਉਹਨਾਂ ਨੂੰ ਵੀ ਕੋਈ ਇਸ ਚੀਜ਼ ਦੀ ਉਮੀਦ ਨਹੀਂ ਸੀਗੀ ਵੀ ਜਸਪ੍ਰੀਤ ਦੀ ਅੱਖਾਂ ਵਾਪਸ ਆ ਜਾਣਗੀਆਂ ਪਰ ਫਿਰ ਵੀ ਉਸ ਮਾਲਕ ਦੀ ਇੱਦਾਂ ਦੀ ਰਹਿਮਤ ਹੋਈ ਇੱਦਾਂ ਦਾ ਕਰਿਸ਼ਮਾ ਹੋਇਆ ਵੀ ਅੱਜ ਉਹ ਤੁਹਾਡੇ ਸਾਹਮਣੇ ਬਿਲਕੁਲ ਨੋਬਰ ਨੋ ਆਪਦੀ ਅੱਖਾਂ ਨੂੰ ਲੈ ਕੇ ਬੈਠੇ ਨੇ ਅਤੇ ਇੱਦਾਂ ਦੇ ਕੁਛ ਅਨੁਭਵ ਜੋ ਤੁਹਾਡੇ ਨਾਲ ਹੋਏ ਆ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਅਨੁਭਵ ਲੈ ਕੇ ਆਵਾਂਗੇ ਦੁਨੀਆ ਤੱਕ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ